ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਮੋਰਨਿੰਗ ਦੇ ਬਾਅਦ ਚੁੱਕੇ 10 ਪ੍ਰਸ਼ਾਦਾ ਛੱਕ ਕੇ ਚਾਹ ਪੀਣ ਲੱਗਿਆ ਅਤੇ ਹੁਣ ਆਪਾਂ ਜਾਵਾਂਗੇ ਗੁਰਦੁਆਰਾ ਸ਼੍ਰੀ ਸੱਚਾ ਸੌਦਾ ਸਾਹਿਬ। ਇਹ ਸਾਹਮਣੇ ਲੰਗਰ ਹਾਲ ਆ ਜੀ, ਅਤੇ ਉੱਧਰ ਬੀਬੀਆਂ ਵੱਲੋਂ ਲੰਗਰ ਵਾਲੀ ਸਬਜ਼ੀ ਦੀ ਕਟਿੰਗ ਹੋ ਰਹੀ ਆ, ਸੇਵਾ ਕਰਾਈ ਜਾ ਰਹੀ ਆ, ਭਿੰਡੀਆਂ ਬਣ ਰਹੀਆਂ ਨੇ, ਭਿੰਡੀ ਦੀ ਕਟਿੰਗ ਹੋ ਰਹੀ ਆ। 10 ਵੱਜਣ 'ਚ ਰਹਿ ਗਏ ਨੇ ਜੀ 10 ਮਿੰਟ, ਅਤੇ ਬੱਸਾਂ ਦੀ ਕਰ ਰਹੇ ਆਪਾਂ ਵੇਟ। ਧੁੱਪ ਨੇ ਤਾਂ ਕੱਢੇ ਪਏ ਨੇ ਬੱਟ, ਪੂਰੇ ਗਰਮੀ 'ਚ ਬੁਰਾ ਹਾਲ ਹੋਇਆ ਪਿਆ। ਸਾਰੀ ਸੰਗਤ ਆਪਣੇ ਬੈਠੀ ਵੇਟ ਕਰ ਰਹੀ ਹੈ ਬੱਸਾਂ ਦਾ। ਸੰਗਤ ਆਪਣੀ ਤਿਆਰ ਬਰ ਤਿਆਰ ਆ, ਇੱਕ ਦੋ ਕਰਕੇ ਕਸਟਮ ਕੱਢੀ ਜਾ ਰਹੇ ਸਾਰਿਆਂ ਨੂੰ, ਇੱਕ ਦੋ ਕਰਕੇ। ਬਾਕੀ ਕੁਛ ਕੁ ਜਾਣੇ ਆਪਣੇ ਫਿਜ਼ੀਕਲੀ ਅਪਸੈਟ ਹੋ ਗਏ ਸੀਗੇ ਅਤੇ ਉਹ ਆਏ ਹੋਏ ਨੇ ਇੱਥੇ ਮੈਡੀਸਿਨ ਲੈਣ, ਅੰਦਰ ਮੈਡੀਕਲ ਕੈਂਪ ਦੇ ਵਿੱਚ ਲਓ ਜੀ। ਕਾਫਲਾ ਆਪਣਾ ਲੱਗ ਚੁੱਕਿਆ ਹੈ ਬੱਸਾਂ ਦਾ, ਆਪਾਂ 7 'ਚ ਚੱਲਦੇ ਹਾਂ। ਆਪਾਂ ਮੈਂ ਜਿਹੜੀ ਬੈਠਣਾ ਸੀ ਸੱਤ 'ਚ ਆਪਾਂ ਤਾਂ ਉਹੀ ਬਾਰਾ ਖਾਊਗੀ ਹੌਟਸਪੋਟ ਵਾਲੀ। ਅੰਬਰਦੀਪ ਹੈਂ ਬਾਬੇ ਨੂੰ ਡਾਲ ਦੇਣਾ ਪਰੇ, ਸਾਨੂੰ ਫਰੰਟ ਸੀਟ ਮਿਲੀ ਨਹੀਂ ਅਤੇ ਇਸ ਕਰਕੇ ਆਪਾਂ ਫਿਰ 7 ਨੰਬਰ ਤੋਂ ਅੱਗੇ ਆ ਚੁੱਕੇ ਹਾਂ। 7, 9, 9 ਵੀ ਹੋ ਗਈ ਯਾਰ, ਸਕਿਉਰਿਟੀ ਵਾਲੇ ਬੈਠੇ ਹੋਏ 9 ਪਰ ਵੀ ਬਹਿ ਗਏ। ਉਹ ਤਾਂ ਆ ਜਾ ਫਿਰ 10 'ਚ ਆ ਜਾਣਾ ਦਿੱਤਾ ਜੀ ਹੈਂ। 11 ਨੰਬਰ ਇਹ ਵੀ ਫੁੱਲਾ ਹੈ ਨੀ ਸੀਟ। 12 ਨੰਬਰ ਫਰੰਟ ਸੀਟ ਦੇ ਚੱਕਰ ਦੇ ਵਿੱਚ ਖਾਸੀ ਮੁਸ਼ਕਲ ਕਰਨੀ ਪੈ ਰਹੀ ਆ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਵਾਹਿਗੁਰੂ ਧੰਨ ਵਾਹਿਗੁਰੂ, ਵਾਹਿਗੁਰੂ ਧੰਨ ਵਾਹਿਗੁਰੂ, ਦਿਓ ਦਰਸ਼ਨ ਗੁਰ ਮੇਰੇ, ਦਿਓ ਦਰਸ਼ਨ ਗੁਰ ਮੇਰੇ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਧੰਨ ਵਾਹਿਗੁਰੂ। ਸਕਿਉਰਿਟੀ ਪ੍ਰੋਟੋਕੋਲ ਨੂੰ ਮੁੱਖ ਰੱਖਦੇ ਹਾਂ, ਇੱਥੋਂ ਇੱਕ ਇੱਕ ਆਪਣਾ ਅਫਸਰ ਆਰਮੀ ਦਾ ਆਪਣੇ ਇੱਕ ਇੱਕ ਬੱਸ ਦੇ ਵਿੱਚ ਬੈਠੂਗਾ ਅਤੇ ਫਿਰ ਉਹ ਸਾਰੀ ਐਂਟਰੀ ਕਰਨੀ ਆ ਵੀ ਕਿੰਨੇ ਪਰਸਨ ਨੇ ਇੱਕ ਹਰ ਇੱਕ ਬੱਸ ਦੇ ਵਿੱਚ। ਬੋਲੇ ਬਲੀ ਬਾਣ, ਬੋਲੇ ਬਲੀ ਬਾਣ, ਬੋਲੇ ਬਲੀ ਬਾਣ, ਬੋਲੇ ਬਲੀ ਬਾਣ, ਤੂੰ ਕਾਹੇ ਢੋਲੇ ਪ੍ਰਾਣੀਆਂ, ਤੂੰ ਕਾਹੇ ਢੋ
ਆਰਮੀ ਦੇ ਆਫਿਸਰ ਨੇ ਦਿੱਤੀ ਮੈਨੂੰ ਲਿਸਟ, ਅਤੇ ਲਿਸਟ ਦੇ ਲਿਖਣੇ ਸੀਗੇ ਸਾਰੇ ਬੱਸ ਪੈਸੈਂਜਰ ਦੇ ਨਾਮ, ਅਤੇ ਬਾਰੋ ਬਾਰੀ ਸਿਰ ਆਪਣਾ ਫਿਰ ਲਿਖੇ ਸਾਰਿਆਂ ਦੇ ਨਾਮ, ਕੀਤੀ ਐਂਟਰੀ। ਬਾਕੀ ਸਿਕਿਉਰਿਟੀ ਪ੍ਰੋਟੋਕੋਲ ਤੁਸੀਂ ਚੈੱਕ ਕਰ ਸਕਦੇ ਹੋ, ਅਤੇ ਜਦੋਂ ਕਾਫਲਾ ਲੰਘਦਾ ਸਾਰੀ ਟਰੈਫਿਕ ਰੋਕ ਦਿੰਦੇ ਨੇ, ਟੋਟਲੀ ਟਰੈਫਿਕ ਬੰਦ ਹੋ ਗਈ, ਅਤੇ ਜਦ ਤੱਕ ਟਰੱਕ ਕਾਫਲਾ ਕ੍ਰੋਸ ਨਹੀਂ ਹੁੰਦਾ ਪੂਰਾ ਰੋਡ ਤੁਹਾਨੂੰ ਅਦਰ ਵਹੀਕਲ ਤੋਂ ਬਿਨਾਂ ਨੀਟ ਐਂਡ ਕਲੀਨ ਮਿਲੂਗਾ। ਗੁਰਦੁਆਰਾ ਸੱਚਾ ਸੌਦਾ ਸਾਹਿਬ ਵਿੱਚ ਆਪਾਂ ਪਹੁੰਚ ਚੁੱਕੇ ਹਾਂ ਵਿਦ ਸੰਗਤ, ਇੱਥੇ ਕਰਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ। ਜੱਥੇ ਦਾ ਪੂਰਾ ਜ਼ੋਰਾਂ ਸ਼ੋਰਾਂ ਨਾਲ ਫੁੱਲ ਪਾ ਕੇ ਸਵਾਗਤ ਕੀਤਾ ਜਾ ਰਿਹਾ। ਅਤੇ ਸਾਹਮਣੇ ਆਪਣੇ ਜਥੇ ਦੇ ਲੀਡਰ ਸਰਦਾਰ ਗੁਰਸ਼ਰਨ ਸਿੰਘ ਜੀ ਸ਼੍ਰੋਮਣੀ ਸੇਵਾ ਸੁਸਾਇਟੀ ਡੱਬਵਾਲੀ ਤੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਨੇ। ਗੁਰਦੁਆਰਾ ਸੱਚਾ ਸੌਦਾ ਸਾਹਿਬ ਫਰੂਕਾਬਾਦ ਪਾਕਿਸਤਾਨ ਵਿੱਚ ਉਹ ਪਵਿੱਤਰ ਸਥਾਨ ਹੈ ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ 20 ਰੁਪਏ ਵਿੱਚ ਭੁੱਖੇ ਸਾਧੂਆਂ ਨੂੰ ਲੰਗਰ ਛਕਾ ਕੇ ਸਿੱਖ ਪੰਥ ਦੇ ਵਿੱਚ ਲੰਗਰ ਪ੍ਰਥਾ ਸ਼ੁਰੂ ਕੀਤੀ ਸੀਗੀ ਜੀ। ਗੁਰਦੁਆਰਾ ਸਾਹਿਬ ਸੱਚਾ ਸੌਦਾ 'ਚ ਨਤਮਸਤਕ ਹੋਣ ਤੋਂ ਬਾਅਦ ਆਪਾਂ ਆ ਚੁੱਕੇ ਹਾਂ ਬਾਬੇ ਨਾਨਕ ਦੇ 20 ਰੁਪਏ ਦੇ ਲੰਗਰ ਦੇ ਵਿੱਚ ਪ੍ਰਸ਼ਾਦ ਛਕਣ ਦੇ ਲਈ। ਬਾਬੇ ਨਾਨਕ ਦੁਆਰਾ ਚਲਾਇਆ ਗਿਆ ਲੰਗਰ ਅੱਜ ਤੱਕ ਦੀਨ ਦੁਨੀਆ ਵਿੱਚ ਚੱਲ ਰਿਹਾ, ਇੱਦਾਂ ਹੀ ਚੱਲਦਾ ਰਹੂਗਾ। ਪਾਕਿਸਤਾਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਨੇ, ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰਬੰਧ ਕੀਤੇ ਹੋਏ ਨੇ। ਹਰ ਜਗ੍ਹਾ ਮੈਡੀਕਲ ਕੈਂਪ ਹਰ ਗੁਰੂ ਘਰ ਦੇ ਵਿੱਚ ਅਤੇ ਮੈਡੀਸਨ ਵਗੈਰਾ ਅਵੇਲੇਬਲ ਨੇ, ਅਤੇ ਬਾਕੀ 2 ਐਂਬੂਲੈਂਸਾਂ ਤਾਂ ਆਪਣੇ ਨਾਲ ਦੇ ਨਾਲ 24 ਘੰਟੇ ਚੱਲਦੀਆਂ ਨੇ ਆਪਣੇ ਕਾਫ ਦੇ ਨਾਲ ਇਨਕੇਸ ਐਮਰਜੈਂਸੀ ਹੋ ਜਾਵੇ। ਅਤੇ ਜੇਕਰ ਕੋਈ ਕਿਸੇ ਬਜ਼ੁਰਗ ਨੂੰ ਕੋਈ BP ਲੋ ਜਾਂ ਸ਼ੂਗਰ ਵਗੈਰਾ ਕੁਛ ਵੀ ਟੈਸਟ ਕਰਾਉਣ ਤਾਂ ਉਸਦੇ ਲਈ ਅਵੇਲੇਬਲ ਹੁੰਦੀਆਂ ਨੇ। ਸਮਾਂ ਹੋ ਚੁੱਕਾ ਜੀ ਦੁਪਹਿਰ ਦੇ 2 ਵਜੇ ਦਾ, ਅਤੇ ਪ੍ਰਸ਼ਾਦਾ ਛੱਕ ਕੇ ਗੁਰਦੁਆਰਾ ਸੱਚਾ ਸੌਦਾ ਸਾਹਿਬ ਤੋਂ ਆਪਾਂ ਚੱਲ ਚੁੱਕੇ ਹਾਂ ਵਾਪਸ ਆਪਣੇ ਕਾਫਲੇ ਵੱਲ ਦੀ। ਅਤੇ ਸੇਮ ਜਿਹੜੀ ਬੱਸਾਂ ਵਿੱਚ ਹੁਣ ਆਏ ਸੀਗੇ ਉਸੇ ਨੰਬਰ ਬੱਸ ਦੇ ਵਿੱਚ ਆਪਾਂ ਜਾ ਕੇ ਬੈਠਾਂਗੇ, ਅਤੇ ਇੱਥੋਂ ਗਾਹਾਂ ਕਿੱਥੇ ਲੈ ਕੇ ਜਾਂਦੇ ਹਾਂ ਉਹ ਫਿਲਹਾਲ ਹਜੇ ਮੈਨੂੰ ਨਹੀਂ ਪਤਾ, ਉਹ ਆਪਾਂ ਦੇਖਦੇ ਹਾਂ ਇੱਥੋਂ ਗਾਹਾਂ ਕਿੱਥੇ ਜਾਂਦੇ ਹਾਂ। ਅਤੇ ਉਦੋਂ ਤੱਕ ਬਲੌਗ ਦੇ ਵਿੱਚ ਬਣੇ ਰਹੋ। ਅਤੇ ਪਰ ਜੇਕਰ ਗੱਲ ਕਰੀਏ ਪ੍ਰਬੰਧ ਦੀ, ਬਹੁਤ ਬੈਸਟ ਪ੍ਰਬੰਧ ਕੀਤੇ ਹੋਏ ਨੇ, A to Z ਫੈਸਿਲਿਟੀ ਦਿੱਤੀ ਹੋਈ ਹੈ ਜਿੰਨੀ ਵੀ ਹੋ ਸਕਦੀ ਹੈ A to A1 ਕਲਾਸ ਦੀ।
ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ, ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਸਮਾਂ ਹੋ ਗਿਆ ਜੀ 3:30 ਦਾ, ਅਤੇ ਵਾਪਸ ਆ ਚੁੱਕਿਆ ਆਪਾਂ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਵਿੱਚ, ਅਤੇ ਦੁਬਾਰਾ ਅੱਜ ਫਿਰ ਇੱਥੇ ਹੀ ਆਪਣੀ ਅੱਜ ਦੀ ਰਾਤ। ਰਾਣਾ ਬਾਈ ਸਤਿ ਸ਼੍ਰੀ ਅਕਾਲ, ਹੋ ਠੀਕ ਹੋ? ਅਤੇ ਗੁਰਦੁਆਰਾ ਸਾਹਿਬ ਵਿੱਚ ਰੈਸਟ ਕਰਦਾ ਥੋੜ੍ਹਾ ਟਾਈਮ, ਫਿਰ ਬਾਅਦ ਵਿੱਚ ਘੁੰਮਦੇ ਹਾਂ ਬਾਜ਼ਾਰ। ਧੁੱਪ ਵਾਹਵਾ, ਏਸੀ ਜੋ ਬਾਹਰ ਨਿਕਲ ਕੇ ਤਾਂ ਕੁਝ ਜ਼ਿਆਦਾ ਹੀ ਲੱਗਦੀ, ਜ਼ਹਿਰ ਵਰਗੀ ਲੱਗਦੀ ਧੁੱਪ ਜਮਾਂ ਹੀ। ਦੇਖੋ ਫਿਰ ਇੰਨੀ ਸਮਾਂ ਹੋ ਗਿਆ ਜੀ ਸ਼ਾਮ ਦੇ 6:30 ਦਾ, ਅਤੇ ਆਪਣੇ ਏਰੀਏ ਦੇ ਅਪਰੋਕਸੀਮੇਟ ਹੋ ਗਏ ਹੁਣ 7:30। ਆਪਾਂ ਚੱਲੇ ਹਾਂ ਬਾਹਰ ਮਾਰਕੀਟ ਘੁੰਮਣ, ਅੱਜ ਤਾਂ ਇਜਾਜ਼ਤ ਮਿਲ ਗਈ ਸੀ, ਕੁਛ ਕੱਲ੍ਹ ਰੇਟ ਜ਼ਿਆਦਾ ਲੇਟ ਵੀ ਹੋ ਗਏ ਸੀ, ਇਸ ਕਰਕੇ ਨਾ ਥੋੜ੍ਹਾ ਜ਼ਿਆਦਾ ਦੂਰ ਜਾਣ ਨਹੀਂ ਦਿੱਤਾ, ਪਰ ਅਤੇ ਅੱਜ ਚੱਲਦੇ ਹਾਂ, ਅੱਜ ਘੁੰਮ ਕੇ ਆਉਂਦੇ ਹਾਂ ਮਾਰਕੀਟ 'ਤੇ, ਤੁਹਾਨੂੰ ਦਿਖਾਉਂਦੇ ਮਾਹੌਲ ਦੇ ਇੱਥੇ ਦਾ ਰੰਗ ਢੰਗ ਦਿਖਾਉਂਦੇ ਹਾਂ, ਪਾਕਿਸਤਾਨੀ ਸ਼ੋਪਸ ਵਗੈਰਾ ਮਾਰਕੀਟ ਵਗੈਰਾ। ਕੀ ਬਣਾਉਂਦਾ ਬਾਈ? ਪੰਜਾਬੀ ਜੁੱਤੀ ਪਾਕਿਸਤਾਨੀ, ਕੈਸੇ ਕੀ ਰੇਟ ਹੈ ਬਾਈ ਜੀ? ਬਾਈ ਜੀ ਹਾਂਜੀ, ਆਹ ਕੀ ਰੇਟ ਆ ਵੈਸੇ? ਉੱਦਾਂ 1500 ਪਾਕਿਸਤਾਨੀ, ਪਾਤੀ 1500 ਰੁਪਏ ਹੋ ਗਏ। ਮੈਂ ਕਿਹਾ ਬਾਗ ਲੈਣਾ ਯਾਰ, ਬਾਗ ਮਾਰ ਪਾਣੀ ਛਾਣੀ ਪਿਲਾਈ ਕੁਛ? ਬਸ ਮੇਰੇ ਵੱਲ ਚਾਹ ਪੀ ਕੇ ਢਾਬੇ ਦਾ। ਹੋਰ ਵਧੀਆ? ਹਾਂਜੀ ਠੀਕ ਠਾਕ। ਇਹ ਲੈ ਜਾ ਭਾਬੋ ਵਾਸਤੇ, ਭਾਬੋ ਰਾਜੀ ਹੋਈ ਨੇ ਜੀ। ਭਾਬੋ ਰਾਜੀ ਨੇ ਲੈ ਜਾ ਵੀ, ਸਾਡੀ ਭਾਬੋ ਨੂੰ ਪਸੰਦ ਨੀ ਆਉਣਾ ਇਹ। ਗੱਲ ਕਰ ਗੁਰੂ ਦੀ ਲੱਗਣੀ ਸਟਾਈਲ, ਜਾਏ ਤੇ ਭਾਬੋ ਨੂੰ ਪਸੰਦ ਨਾ ਆਵੇ। ਬੱਚਿਆਂ ਦੇ ਪਾਉਂਦੇ ਨੇ? ਹਾਂਜੀ। ਤੇ ਕੀ ਪ੍ਰਾਈਸ ਇਹਨਾਂ ਦਾ? ਇਹ ਇੰਡੀਅਨ 400 ਦੀ। ਇੰਡੀਅਨ 400? ਹਾਂਜੀ। ਭਾਬੋ ਦੇ 1200? ਹਾਂਜੀ। ਓਕੇ, ਐਕਚੁਅਲੀ ਇਹ ਹੀ ਹੋਵੇ ਭਾਈ ਜੀ, ਤੁਹਾਡੇ ਕੋਲ ਵੈਸੇ ਨਹੀਂ ਲਿਆ, ਮੈਂ ਸਾਲੋ ਸਾਲ ਨਹੀਂ ਖਰਾਬ ਹੁੰਦੇ। ਸਾਰੀ ਚੀਜ਼ ਇੰਡੀਅਨ 400 ਜੀ, ਇੰਡੀਅਨ 150 ਜੀ, ਇੰਡੀਅਨ 150। ਆਪਾਂ ਆਪਣੇ ਉੱਧਰ ਵਾਲੀ ਕੰਫਰਟੇਬਲ ਆ, ਕੁਛ ਹੋਰ ਖਾਂਦੇ ਹਾਂ, ਪਰ ਪਾਣੀ ਠੀਕ ਹੈ ਇਹਦਾ, ਪਾਣੀ ਵਧੀਆ ਟੇਸਟ ਹੈ। ਘੁੰਮਣਾ ਇੰਨਾ ਔਖਾ ਨਹੀਂ ਹੈਗਾ ਜਿੰਨਾ ਇੱਥੋਂ ਦਾ, ਉਹ ਚੀਜ਼ਾਂ ਔਖੀਆਂ ਵੀ ਬੋਰਡ 'ਤੇ ਲਿਖਿਆ ਹੋਇਆ ਕੀ ਆ, ਕਿੱਧਰ ਕਿਹੜਾ ਰਸਤਾ ਕਿੱਧਰ ਨੂੰ ਜਾਂਦਾ, ਹੈ ਨਾ, ਲੈਂਗੁਏਜ ਪਰ ਬਾਅਦ 'ਚ ਮਿਹਰਬਾਨੀ। ਇਹ ਚੀਜ਼ ਥੋੜ੍ਹੀ ਜ਼ਿਆਦਾ ਹੋ ਗਿਆ ਪ੍ਰੋਬਲਮ ਕਰਦੀ ਆ ਨਾ, ਆਪਾਂ ਨੂੰ ਉਰਦੂ ਵਾਲਾ ਟ੍ਰਾਂਸਲੇਟਰ ਪਾਉਣਾ, ਪਰ ਇੱਥੇ ਨੈਟਵਰਕ ਵੀ ਹੈ ਨਹੀਂ, ਕਰੀਏ ਤਾਂ ਕਰੀਏ ਕੀ। ਬਾਕੀ ਚਲੋ ਪੁੱਛ ਗਿੱਛ ਕੇ ਥੋੜ੍ਹਾ ਹੌਲੀ ਜਾਂਦੇ ਹਾਂ ਕਿਤੇ, ਸਟੇਸ਼ਨ ਦਿਖਾਉਂਦੇ ਤੁਹਾਨੂੰ ਨਨਕਾਣਾ ਸਾਹਿਬ ਦਾ। ਜੇ ਕਿਤੇ ਆਪਣੇ ਇਹ ਉਰਦੂ ਦੇ ਵਿੱਚ ਬੋਰਡ ਨਾ ਹੋਣ ਤਾਂ ਇੱਥੋਂ ਪਤਾ ਨਹੀਂ, ਕੋਈ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਆਪਾਂ ਪਾਕਿਸਤਾਨ ਦੇ ਵਿੱਚ ਆ, ਫਿਰ ਤੁਹਾਨੂੰ ਇੱਦਾਂ ਹੀ ਲੱਗੂਗਾ ਵੀ ਸ਼ੋਪਾਂ ਲੁਧਿਆਣੇ ਵਿੱਚ ਫਿਰ ਰਹੇ ਹਾਂ। ਅਤੇ ਇੱਜ਼ਤ ਬਹੁਤ ਕਰਦੇ ਨੇ ਆਪਣੇ ਇੱਧਰ ਜਿਹੜੇ ਪਾਕਿਸਤਾਨੀ ਭਰਾ ਨੇ, 300 ਘਰ ਕਹਿ ਰਹੇ ਨੇ, 300 ਘਰ ਨੇ ਪਾਕਿਸਤਾਨੀ ਵੀਰਾਂ ਦੇ,
ਬਾਕੀ ਬਹੁਤ ਬੰਦਿਆਂ ਨੂੰ ਆਪਾਂ ਮਿਲਿਆ, ਦਿਲ ਦੇ ਜਜ਼ਬਾਤ ਦੱਸੇ ਨੇ ਉਹਨਾਂ ਨੇ ਆਪਣੇ, ਵਧੀਆ ਮਹਿਸੂਸ ਹੁੰਦਾ ਉਹਨੂੰ ਆਪਾਂ ਨੂੰ ਮਿਲ ਕੇ, ਬਹੁਤ ਰਿਸਪੈਕਟ ਕਰਦੇ ਨੇ ਆਪਣੀ। ਸਿੰਪਲ ਗੱਲ ਹੋਵੇ ਮੈਡਮ, ਸਿੰਪਲ ਗੱਲ, ਰੇਟ ਕੀ ਕਹਿੰਦੇ ਹੋ ਤੁਸੀਂ? ਜੁੱਤੀ ਦਿਖਾਈ ਤੁਸੀਂ ਮੈਨੂੰ, ਨੌ ਨੰਬਰ ਦਿਖਾਓ, ਨੌ ਠੀਕ ਹੈ ਸਰ। ਦੇਖ ਛੋਟਾ ਸਾਈਜ਼ ਲੱਗਦਾ ਜੀ, ਵੱਡਾ ਦੇ ਦੋ, ਜਨਾਬ ਖਾਨ ਸਾਹਿਬ ਇਹਦੇ ਪੰਜਾਬੀ ਆਪਣੇ ਇੰਡੀਆ ਦੇ ਕਿੰਨੇ ਰੁਪੀਸ ਦੇਣੇ ਆ? ਠੀਕ ਹੈ, ਜਿੰਨਾ ਜਿੰਨਾ ਰੇਟ ਮਾਰਾ ਤੁਸੀਂ ਦੱਸ ਰਹੇ ਨਾ, ਇੰਨਾ ਹੈ ਨਹੀਂ ਨਾ ਚੱਕਰੇ ਮੇਰੇ। ਹਾਂ ਫਿਰ ਤਾਂ ਇੰਡੀਆ, ਫਿਰ ਤਾਂ ਮੈਂ ਤੁਹਾਨੂੰ 400 ਰੁਪਏ ਦੇ ਦਿੰਦਾ, ਇੰਡੀਆ ਦਾ 400 ਰੁਪਏ ਦੇ ਦਿੰਦਾ। ਚੱਕੋ ਕੈਲਕੂਲੇਟਰ, ਮੈਂ ਤਾਂ ਕੈਲਕੂਲੇਟ ਕਰ ਲਿਆ। ਬੀਬੀ ਆਉਣ ਜੀ ਹੋਏ, ਗੁਰਦੁਆਰਾ ਸਾਹਿਬ ਹੈ। ਜੁੱਤੀ ਦਾ ਰੇਟ ਆਪਣਾ ਨਹੀਂ ਬਣਿਆ ਕਿਉਂਕਿ ਬਾਈ ਤਾਂ ਚੇਂਜ ਰੇਟ ਇਹਦਾ ਸਹੀ ਦੇ ਰਿਹਾ, ਤਾਂ ਅਦਰਵਾਈਜ਼ ਆਪਣੀ ਜਿਹੜੀ ਕਰੰਸੀ ਆ 1 ਰੁਪਏ ਦਾ ਇੱਧਰ ਬਣਦਾ 2 ਰੁਪਏ 90 ਪੈਸੇ ਉਹ ਦੇ ਰਹੇ ਸੀਗੇ, 1 ਰੁਪਏ 80 ਪੈਸੇ ਹਿਸਾਬ ਨਾਲ। ਅਤੇ ਆਪਾਂ ਨੂੰ ਫਿਰ ਸਾਰਾ ਲਿਖਾਇਆ, ਆਪਾਂ ਨੱਕ ਕੇ ਆ ਗਏ ਅਤੇ ਹੁਣ ਲੈਂਦੇ ਆਪਾਂ ਹੋਰ ਜਗ੍ਹਾ ਜਾ ਕੇ, ਜੇ ਉਹ ਬਣ ਗਈ ਨਹੀਂ ਤਾਂ ਫਿਰ ਲਾਹੌਰ ਤਾਂ ਲਵਾਂਗੇ ਹੀ ਲਵਾਂਗੇ। ਜੁੱਤੀ ਕਸੂਰੀ ਪੈਰੀ ਤਾਂ ਪੂਰੀ। ਪੂਰਾ ਬਾਜ਼ਾਰ ਘੁੰਮਣ ਤੋਂ ਬਾਅਦ ਆਪਾਂ ਚੁੱਕਿਆਂ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਦੇਖਣ ਦੇ ਲਈ, ਅਤੇ ਖਾਲੀ ਰਿਹਾ ਵੈਸੇ ਤਾਂ ਕੋਈ ਨਹੀਂ ਹੈਗਾ ਫਿਲਹਾਲ, ਇੱਥੇ ਗਾਂ ਜਾ ਕੇ ਦੇਖਦੇ ਹਾਂ ਜੇ ਕੋਈ ਯਾਤਰੀ ਗਿਆਨ ਹੋਇਆ ਇੱਥੋਂ ਜਾਣ ਵਾਲਾ। ਸਟੇਸ਼ਨ ਵੀ ਦੇਖ ਲਿਆ, ਸਟੇਸ਼ਨ ਵੀ ਖਾਲੀ ਸੀ ਅਤੇ ਬਾਜ਼ਾਰ ਵੀ ਆਪਾਂ ਸਾਰਾ ਘੁੰਮ ਚੁੱਕੇ ਹਾਂ, ਅਤੇ ਵਾਪਸ ਆਪਾਂ ਰੁਕੇ ਹਾਂ ਜੂਸ ਦੀ ਸ਼ੋਪ 'ਤੇ ਅਤੇ ਪੀਣ ਲੱਗਿਆ ਘੁੱਟ ਘੁੱਟ ਬਨਾਨਾ ਸ਼ੇਕ, ਥੋੜ੍ਹੀ ਜਿਹੀ ਮਿਲੂਗੀ ਐਨਰਜੀ ਸਰੀਰ ਨੂੰ, ਫਿਰ ਜਾਂਦੇ ਹਾਂ। ਮਸਜਿਦ ਦੇ ਨਾਲ ਹੀ ਆਪਣਾ ਗੁਰਦੁਆਰਾ ਨਨਕਾਣਾ ਸਾਹਿਬ ਪੈਂਦਾ, ਅਤੇ ਮਾਰਕੀਟ ਘੁੰਮ ਕੇ ਆਪਾਂ ਆ ਚੁੱਕੇ ਹਾਂ ਵਾਪਸ, ਅਤੇ ਹੁਣ ਜਾਂਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ, ਅਤੇ ਜਾ ਕੇ ਫਰੈਸ਼ ਹੋ ਕੇ ਸਭ ਪ੍ਰਸ਼ਾਦਾ ਛਕਦੇ ਹਾਂ, ਹੋਰ ਜੋ ਕੁਛ ਮਰਜ਼ੀ ਕਹਿ ਲਓ, ਪਰ ਨਵਜੋਤ ਸਿੰਘ ਦੀ ਫੁੱਲ ਚੜ੍ਹਾਈ ਆ, ਉਸ ਤੋਂ ਕਾਫੀ ਸਾਰੇ ਲੱਗੇ ਹੋਏ ਨੇ ਨਵਜੋਤ ਸਿੰਘ ਸਿੱਧੂ ਦੇ। ਗੁਰਦੁਆਰਾ ਨਨਕਾਣਾ ਸਾਹਿਬ ਦੇ ਬਿਲਕੁਲ ਸਾਹਮਣੇ ਸ਼ੋਪ ਆ, ਇੱਥੇ ਲੱਗਿਆ ਹੋਇਆ ਨਵਜੋਤ ਸਿੰਘ ਸਿੱਧੂ ਦਾ ਪੋਸਟਰ। ਬਾਜ਼ਾਰ ਘੁੰਮਣ ਤੋਂ ਬਾਅਦ ਆਪਾਂ ਆ ਚੁੱਕੇ ਹਾਂ ਵਾਪਸ ਗੁਰੂ ਘਰ 'ਚ, ਅਤੇ ਦੇਖੋ ਗੁਰੂ ਘਰ ਦੇ ਦਰਸ਼ਨ ਕਰੋ, ਕਿੰਨੀ ਸੋਹਣੀ ਲਾਈਟਿੰਗ ਕੀਤੀ ਹੋਈ ਆ, ਦਿਲ ਲੱਗਦਾ ਮੈਂ ਕਹਿੰਦਾ ਇੱਥੋਂ ਜਾਣ ਨੂੰ ਜੀ ਨਹੀਂ ਕਰਦਾ। ਅਤੇ ਹੁਣ ਆਪਾਂ ਚੱਲਦੇ ਹਾਂ ਲੰਗਰ ਹਾਲ ਦੇ ਵਿੱਚ, ਜਾ ਕੇ ਛਕਦੇ ਹਾਂ ਪ੍ਰਸ਼ਾਦਾ, ਟਾਈਮ ਹੋ ਚੁੱਕੇ ਨੇ ਰਾਤ ਦੇ 10:30 ਅਤੇ ਇੰਡੀਆ ਦੇ ਆਪਣੇ 11, ਪ੍ਰਸ਼ਾਦਾ ਛਕਣ ਤੋਂ ਬਾਅਦ ਕਰਦੇ ਹਾਂ ਰੈਸਟ, ਫਿਰ ਮੋਰਨਿੰਗ ਆਪਾਂ ਨਿਕਲਣਾ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਵੱਲ ਨੂੰ। ਜੇਕਰ ਵੀਡੀਓ ਜਲਦੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ, ਚੈਨਲ ਨੂੰ ਕਰ ਦਿਓ ਸਬਸਕ੍ਰਾਈਬ। ਮਿਲਦੇ ਆ ਅਗਲੀ ਵੀਡੀਓ ਦੇ ਨਾਲ, ਤਦ ਤੱਕ ਲਈ ਸਤਿ ਸ਼੍ਰੀ ਅਕਾਲ, ਰੱਬ ਰਾਖਾ। ਟਾਈਮ ਹੋ ਗਿਆ ਸਵੇਰ ਦੇ 9:30 ਦਾ, ਅਤੇ ਪਾਕਿਸਤਾਨ ਯਾਤਰਾ ਦਾ ਦਿਨ ਆਪਣਾ ਅੱਜ ਚੌਥਾ, ਪਾਠ ਦੇ ਭੋਗ ਪੈਣਗੇ ਅੱਜ, ਅਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ।
ਛੂਟ ਵੇਲਾ ਸੁਹਾਵੀ ਸਮਾਂ ਹੋ ਚੁੱਕਾ ਜੀ ਪੂਰੇ 2 ਵਜੇ ਦਾ ਅਤੇ ਆਪਾਂ ਚੱਲਣ ਲੱਗੇ ਹਾਂ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਤੋਂ ਕਰਤਾਰਪੁਰ ਸਾਹਿਬ ਵੱਲ ਨੂੰ ਅਤੇ ਸੁਬਹਾ ਦੇ ਇੱਥੇ ਸੀਗੇ ਥੋੜ੍ਹਾ ਲੇਟ ਇਸ ਕਰਕੇ ਲੈ ਕੇ ਜਾਂਦੇ ਨੇ ਕਿਉਂਕਿ ਉੱਥੇ ਆਪਣੇ ਪੰਜਾਬ ਤੋਂ ਵੀ ਸੰਗਤ ਆਈ ਹੋਈ ਹੁੰਦੀ ਨਾ ਅਤੇ ਇਸ ਟਾਈਮ ਉਹਨਾਂ ਦਾ ਮੁੜਨ ਦਾ ਟਾਈਮ ਹੋ ਜਾਂਦਾ ਅਤੇ ਆਪਾਂ ਪਾਕਿਸਤਾਨ ਤੋਂ ਕਰਤਾਰਪੁਰ ਸਾਹਿਬ ਜਾ ਰਹੇ ਅਤੇ ਇਸ ਕਰਕੇ ਆਪਣੀ ਸਟੇਅ ਹੋਊਗੀ ਅੱਜ ਦੀ ਸਟੇਅ ਵੀ ਉੱਥੇ ਹੈ ਅਤੇ ਕੱਲ੍ਹ ਦੀ ਸਟੇਅ ਵੀ ਉੱਥੇ ਹੋਊਗੀ ਅਤੇ ਮਿਲਦੇ ਜਾ ਕੇ ਕਰਤਾਰਪੁਰ ਸਾਹਿਬ ਇੱਕ ਵਾਰ ਫਿਰ ਬੱਸ ਦੇ ਵਿੱਚ ਸੇਵਾ ਬਿਸਕੁਟ ਦੀ ਅਤੇ ਬਾਈ ਤਾਂ ਕੁਰਕਰੇ ਬੰਨਣ ਲੱਗੇ ਸੀਗੇ ਮੈਂ ਕਿਹਾ ਬਾਈ ਵੇਟ ਕਰ ਲੈਂਦੇ ਬਾਅਦ ਵਿੱਚ ਦੇਣੀ ਪਹਿਲਾਂ ਹਜਮ ਹੋ ਲੈਣ ਦੇ ਬਿਸਕੁਟ ਬਾਈ ਵੀ 5 ਮਿੰਟ ਦਾ ਸਬਰ ਨਹੀਂ ਕੱਟਦਾ ਹੈਗਾ ਸਬਰ ਹਿੱਲਿਆ ਮੈਂ ਤਾਂ ਸਬਰ ਹੋ ਗਿਆ ਮੈਂ ਕਿਹਾ ਮੈਂ ਤਾਂ ਰੁਕ ਜਾਂਦਾ ਘੰਟਾ ਮੈਂ ਖਾਟਣ ਤਾਂ ਖਾ ਕੇ ਫਿਰ ਧੁੱਪ ਲੱਗ ਜਾਣੀ ਆ ਪੰਦਰਾਂ ਹਜ਼ਾਰ ਦੇ ਤੇ ਨੇ ਕਹਿੰਦਾ ਲਓ ਆਪਣਾ ਲੇਜ ਕਰਾ ਬੈਠੇ ਰਹੋ ਕਿਉਂਕਿ ਚਾਹ ਚੂ ਤਾਂ ਪਿਲਾ ਦੋ ਯਾਰ ਕਿਹਾ ਕਰਤਾਰਪੁਰ ਸਾਹਿਬ ਤੋਂ ਥੋੜ੍ਹਾ ਪਿੱਛੇ ਆਪਾਂ ਰੁਕੇ ਹਾਂ ਵਾਸ਼ਰੂਮ ਵਗੈਰਾ ਕਰਨ ਦੇ ਲਈ ਰੋਕੀ ਸੀਗੀਆਂ ਨੇ ਬੱਸਾਂ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਕਿਲੋਮੀਟਰ ਹੈਗੇ ਜੀ 5 ਤੇ ਸਮਾਂ ਹੋ ਗਿਆ 7:30 ਦਾ ਤੇ ਨੈਟਵਰਕ ਆ ਗਏ ਪੂਰੇ ਹਫ਼ਤੇ ਬਾਅਦ ਨੈਟਵਰਕ ਆ ਗਏ ਨੇ ਲੋ ਵੀ ਨੈਟਵਰਕ ਆਉਂਦੇ ਸਾਰਾ ਹੋ ਗਈ ਰਾਜੀ ਖੁਸ਼ੀ ਦੇਖਣ ਲੱਗ ਗਏ ਸਾਨੂੰ ਸਾਰੇ ਆਨੰਦ ਮੰਨਣ ਲੱਗੇ ਨੇ ਨੈਟਵਰਕ ਦਾ ਨਾਨਕ ਦੇ ਕਰ ਹੱਥ ਨਾਨਕ ਦੇ ਕਰ ਹੱਥ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ
ਯਾਰ ਮੇਰੇ ਨਾਲ ਮੈਸੇਜ ਕਰ ਦੀ ਇੰਨਾ ਮਾੜਾ ਹਾਲ ਨੈੱਟ ਦਾ, ਦੋ ਵੋਇਸ ਰਿਕਾਰਡਿੰਗਾਂ ਵੀ ਸੈਂਡ ਨਹੀਂ ਹੋ ਰਹੀਆਂ। ਸਕਿਉਰਟੀ ਚੈਕਿੰਗ ਕਰਾਉਣ ਤੋਂ ਬਾਅਦ ਆਪਾਂ ਆ ਗਏ ਹਾਂ ਬਾਹਰ, ਅਤੇ ਇਹ ਖੜ੍ਹੀ ਆਪਣੀ ਬੱਸ, ਅਤੇ ਇਹ ਲੈ ਕੇ ਜਾਊਗੀ ਆਪਾਂ ਨੂੰ ਗੁਰਦੁਆਰਾ ਸ਼੍ਰੀ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ। ਪਹੁੰਚ ਚੁੱਕੇ ਹਾਂ ਜੀ ਆਪਾਂ ਗੁਰਦੁਆਰਾ ਸਾਹਿਬ ਦੇ ਬਾਹਰ, ਅਤੇ ਛਬੀਲ ਲੱਗੀ ਹੋਈ ਆ ਠੰਡੇ ਮਿੱਠੇ ਜਲ ਦੀ, ਪਹਿਲਾਂ ਛਬੀਲ ਛੱਕ ਲਈਏ ਫਿਰ ਲਿਆਓ ਜੀ। ਬਾਬਾ ਜੀ ਵਾਹ ਜੀ ਵਾਹ, ਧੰਨਵਾਦ। ਇੱਥੇ ਐਂਟਰ ਹੋਣ ਤੋਂ ਬਾਅਦ ਆਪਾਂ ਨੂੰ ਇੱਥੇ ਨਵੇਂ ਆਈ ਡੀ ਕਾਰਡ ਦਿੱਤੇ ਗਏ ਨੇ ਇਹ ਵਾਲੇ, ਅਤੇ ਕੀ ਹਾਲ ਚਾਲ ਹੈ ਜੀ? ਵਧੀਆ ਕਦੋਂ ਜੀ ਦਰਸ਼ਨ ਦੀਦਾਰ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹਿਲੀ ਝਲਕ, ਤੇ ਆਪਾਂ ਜਾ ਰਹੇ ਬੈਗ ਲੈ ਕੇ ਰੂਮਾਂ ਵੱਲ ਨੂੰ। ਕਾਫੀ ਸੰਗਤ ਹੁਣ ਤੱਕ ਹਾਲ ਤੇ ਰੂਮ ਦੇ ਵਿੱਚ ਐਡਜਸਟ ਹੋ ਚੁੱਕੀ ਹੈ, ਤੇ ਕੁਝ ਸਾਡੇ ਵਰਗੇ ਹਜੇ ਰਹਿੰਦੇ ਨੇ ਜਿਨ੍ਹਾਂ ਨੂੰ ਹਜੇ ਕੁਛ ਵੀ ਨਹੀਂ ਮਿਲਿਆ, ਤੇ ਬਾਕੀ ਵੇਟ ਕਰ ਰਹੇ ਹਾਂ ਜੇ ਇੱਥੇ ਓਨਰ ਆਉਣਗੇ ਤੇ ਫਿਰ ਉਹ ਪ੍ਰੋਵਾਈਡ ਕਰਨਗੇ ਰੂਮ ਤੇ ਫਲ ਵਗੈਰਾ ਜੋ ਵੀ ਅਵੇਲੇਬਲ ਹੋਇਆ ਸਾਡੇ ਵਾਸਤੇ। ਰੂਮ 'ਚ ਸਮਾਨ ਰੱਖਣ ਤੋਂ ਬਾਅਦ ਵਾਪਸ ਆ ਗਏ ਆਪਾਂ ਨੇ ਲੰਗਰ ਹਾਲ ਦੇ ਵਿੱਚ। ਸਮਾਂ ਹੋ ਗਿਆ ਸੀਗਾ ਕਾਫੀ, 10:30 ਹੋ ਚੁੱਕੇ ਨੇ, ਅਤੇ ਪ੍ਰਸ਼ਾਦਾ ਛਕਦੇ ਹਾਂ ਜਾ ਕੇ। ਸਤਿ ਸ਼੍ਰੀ ਅਕਾਲ ਜੀ, ਸੰਗਤ ਆਪਣੀ ਸਾਰੀ ਪ੍ਰਸ਼ਾਦਾ ਛਕ ਰਹੀ ਆ, ਅਤੇ ਪ੍ਰਸ਼ਾਦਾ ਛਕਦੇ ਪਹਿਲਾਂ ਪ੍ਰਸ਼ਾਦਾ ਛੱਕ ਕੇ ਜੀ ਆਪਾਂ ਵਾਪਸ ਚੱਲੇ ਆਪਣੇ ਰੂਮ ਵੱਲ ਨੂੰ, ਅਤੇ ਪ੍ਰਸ਼ਾਦਾ ਬਹੁਤ ਟੇਸਟੀ ਸੀਗਾ, ਪੱਟ ਕੱਢੇ ਹੋਏ ਸੀਗੇ ਲੰਗਰ ਦੇ ਉਹਦਾ, ਅਤੇ ਰੂਮ ਆਪਾਂ ਨੂੰ ਮਿਲ ਗਿਆ ਸੀਗਾ ਬਾਬੇ ਦੀ ਕਿਰਪਾ ਨਾਲ, ਏ ਸੀ ਰੂਮ ਮਿਲ ਗਿਆ।
ਬੜੀ ਮੁਸ਼ਕਲ ਤੋਂ ਬਾਅਦ, ਅਦਰਵਾਈਜ਼ ਤਾਂ ਮਿਲ ਨਹੀਂ ਤਾਂ ਰਿਹਾ, ਕਾਫੀ ਸੰਗਤ ਹਾਲੇ ਵੀ ਹਾਲ ਦੇ ਵਿੱਚ ਪਈ ਆ, ਕਿਉਂਕਿ ਇਹਨਾਂ ਨੇ ਇੱਥੇ ਕੋਈ ਪਰਚੀ ਵਗੈਰਾ ਦਿੱਤੀ ਨਹੀਂ ਸੀਗੀ ਵੀ ਕਿਹੜਾ ਕਿਹੜਾ ਰੂਮ ਹੋਊਗਾ ਇੱਥੇ ਔਨ ਦੀ ਸਪੋਟ, ਇਹ ਅਰੇਂਜਮੈਂਟ ਜਿਹਾ ਕਰਿਆ ਇਹਨਾਂ ਨੇ ਵੀ ਤੁਸੀਂ ਇੱਧਰ ਚਲੇ ਜਾਓ ਜਿੱਧਰ, ਕਿਉਂਕਿ ਮੈਂ ਇੱਥੇ ਮੋਸਟਲੀ ਹਾਲ ਨੇ ਸਾਰੇ ਅਪਰੋਕਸੀਮੇਟ, ਹਾਲ 50-60 ਹੁੰਦਾ, 50-60 ਬੰਦੇ ਪੈ ਜਾਂਦੇ ਉਹਦੇ ਇੱਕ ਹਾਲ ਦੇ ਵਿੱਚ, ਅਤੇ ਕਾਫੀ ਸੰਗਤ ਜ਼ਿਆਦਾਤਰ ਤਾਂ ਆਪਣੇ ਵਾਲੀ ਇਹ ਹੁੰਦੀ ਵੀ ਗਰਮੀ ਮੰਨਦੀ ਹੈ ਜ਼ਿਆਦਾ ਸਾਡੇ ਵਰਗੇ, ਤਾਂ ਕਰਕੇ ਹੋਏ ਸੀ ਭਾਲਦੇ ਸੀ ਰੂਮ ਦੇ ਦਿੰਦੇ ਆ, ਇਹ ਥੋੜ੍ਹੀ ਜਿਹੀ ਲੜਦੇ ਨਹੀਂ ਸ਼ਬਦ ਉਸ ਨਾਲ, ਠੀਕ ਆ। ਅਤੇ ਬਾਕੀ ਬਹੁਤ ਵਧੀਆ ਰਿਹਾ ਤਾਂ ਦਿਨ, ਮਿਲਦੇ ਹਾਂ ਕੱਲ੍ਹ ਇੱਥੇ ਹੀ ਆ ਕਰਤਾਰਪੁਰ ਸਾਹਿਬ ਆਪਾਂ ਨੇ। ਅਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ, ਚੈਨਲ 'ਤੇ ਨਵੇਂ ਨੂੰ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਰੱਬ ਰਾਖਾ, ਸਤਿ ਸ਼੍ਰੀ ਅਕਾਲ, ਸਲਾਮ, ਅਦਾਬ, ਨਮਸਤੇ।